ਕੁਲਵੀਰ ਦੇ ਸੇਸ਼, ਭਾਈ ਯੁੱਧਵੀਰ ਦੇ ਵਿਕਾਸ। ਨਲਵਨ ਜੀ ਥੋੜੀ ਸਪੀਡ ਰੱਖੋ, ਗੱਲ ਬਣਨੀ ਹੈ। ਤੁਸੀਂ ਢੋਲੀ ਭਾਈ ਬੜੀ ਵੱਡੀ ਕੁਸ਼ਤੀ ਆਈ ਅੰਦਗਨ ਵੱਲ ਦੀ, ਇੱਕ ਵਾਰੀ ਜ਼ੋਰਦਾਰ ਤਾਲੀਆਂ ਮਾਰ ਦਿਓ। ਬੋਲੋ ਭਾਰਤ ਮਾਤਾ ਕੀ, ਯੁੱਧਵੀਰ ਬਾਬਾ ਕੀ। ਨਾਲ ਦੇ ਨਾਲ ਹੁਣ ਸਾਡੇ ਅਨਿਲ ਜੀ ਮਰਾਦ ਅਲੀ ਇੱਕ ਗਲੀ ਗਲੀ ਛੇ ਗ੍ਰਾਣੀਆਂ ਵਿੱਚ ਆਉਣਾ ਯਾਰ, ਫਿਰ ਤੁਸੀਂ ਕਹਿੰਦੇ ਕਿ ਉਹ ਕਰ ਗਿਆ। ਅਰੈਸਟ ਕਰ ਲਓ ਤੁਸੀਂ 5 ਮਿੰਟ, ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦਾ। ਵਾਕਿਆ ਬੜੀ ਵਧੀਆ ਕੁਸ਼ਤੀ ਉਧਰ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ। ਸੁਨੀਲ ਹੈ ਵੀ ਲਾਲ ਗੋਰ ਦੇ ਵਿੱਚ, ਕੋਟ ਪਰਿਵਾਰ ਜੰਮੂ ਦੀ ਧਰਤੀ ਦਾ ਨੌਜਵਾਨ ਹੈ। ਨਾਲ ਆਲਮ ਵੀ ਪਠਾਨਕੋਟਿਆ ਨੀਲੇ ਲੰਗੋਟ ਦੇ ਵਿੱਚ। ਵਾਕਿਆ ਜਿਹੜੀ ਸਿਰੇ ਦੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਇਹਨਾਂ ਮੱਲਾਂ ਦੇ ਦਰਮਿਆਨ ਸ਼ੁਰੂ ਹੋਣ ਚੱਲੀ ਹੈ। ਚਲੋ ਚਲੋ ਪਹਿਲਵਾਨੋ ਬਈ ਘੁੰਮ ਫਿਰ ਕੇ, ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਸਾਡੇ ਰੈਫਰੀ ਵੀਰ ਅਖਾੜੇ ਵਿੱਚ ਘੁੰਮ ਫਿਰ ਕੇ, ਕਿਉਂਕਿ ਦਰਸ਼ਕ ਵੀ ਬੜੀ ਦੂਰੋਂ ਦੂਰੋਂ ਪੁੱਜੇ ਹੈ ਕੁਸ਼ਤੀਆਂ ਦਾ ਆਨੰਦ ਮਾਨਣ ਦੇ ਲਈ। ਚਲੋ 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 ਸੁਨੀਲ ਤੇ ਆਲਮ ਪਹਿਲਵਾਨ ਪਠਾਨਕੋਟ ਆਈਏ, ਤੇ ਜੋਗਰਾਜ ਵੀ ਆਪਣੀ ਤਿਆਰੀ ਕਰਕੇ ਜਲਦੀ ਸਾਡੇ ਵਿੱਚ ਆ ਜਾਓ ਵੀ। ਪਹਿਲਵਾਨ ਕਰੋ ਕੁਸ਼ਤੀ ਸ਼ੁਰੂ। ਲਾਗੇ ਔਰ ਦੋ ਮੁਕਾਬਲੇ ਚੱਲਦੇ ਇਸ ਵਾਸਤੇ ਸਲਮਾਨ ਮਾਰੋ ਪਹਿਲਵਾਨ, ਅਟੈਕ ਕਰੋ ਕੁਸ਼ਤੀ ਦਾ ਫੈਸਲਾ। ਕਹਿੰਦਾ ਡੰਡ ਬੈਠਕਾਂ ਨਾਲ ਵੀ ਮਿੱਤਰੋ ਕੋਈ ਵੀ ਰੀਸ ਨਹੀਂ, ਉਹ ਚੱਲ ਜੋ ਵਿੱਚ ਅਖਾੜਿਆਂ ਉੱਥੇ ਲੱਗਦੀ ਫੀਸ ਨਹੀਂ। ਕਹਿੰਦਾ ਨਿੱਤ ਨੇਮ ਨਾ ਛੱਡਿਓ ਉੱਚੀਆਂ, ਰੱਖਿਓ ਸੋਚਾਂ ਨੂੰ, ਹੋਕੇ ਲੰਗੋਟੇ ਦੇ ਪੱਕੇ ਰੱਬ ਬਣਾ ਲਿਓ ਕੋਚਾਂ ਨੂੰ, ਕਿ ਅੰਮ੍ਰਿਤ ਵੇਲੇ ਉੱਠ ਕੇ ਰੱਜ ਰੱਜ ਮਿਹਨਤਾਂ ਮਾਰਿਓ ਜੀ, ਉਹ ਖਾ ਕੇ ਘਿਓ ਦੇ ਪੀਪੇ ਬੋਡੀਆਂ ਐਨ ਸ਼ਿੰਗਾਰਿਓ ਜੀ, ਕਿ ਅਮਰਦੀਪ ਵੀ ਸ਼ੇਰ ਲਿਖੂ ਹੁਣ ਜੋੜ ਕੇ ਗੱਲਾਂ ਨੂੰ, ਦੁਨੀਆ ਕਰੇ ਸਲਾਮਾ ਮਿੱਤਰ ਰੁਸਤਮ ਮੱਲਾ ਨੂੰ। ਹੱਥ ਖੜਾ ਕਰਦੇ ਮੁਰਾਦ ਅਲੀ ਪਹਿਲਵਾਨ ਜੱਟੂ, ਤੇ ਨਾਲ ਵੀ ਕਾਸ਼ੀ ਪਹਿਲਵਾਨ ਪਠਾਨਕੋਟ ਲਾਲਗੜ ਆਲੀ ਕੁਸ਼ਤੀ ਬੜੀ ਸਿਰੇ ਦੀ ਹੋਣੀ ਹੈ। ਸੱਤਾਂ ਦੇ ਨਾਲ ਯਾਰ ਦਮ ਕਰਦੇ,
ਉਹ ਬੈਰਕਾਂ ਦੇ ਨਾਲ ਪੱਟ ਥੰਮ ਬਣਦੇ, ਕਹਿੰਦਾ ਡੰਡਾ ਨਾਲ ਆਉਂਦੀ ਯਾਰੋ ਬਾਹਾਂ ਵਿੱਚ ਜਾਣ, ਗੁਰੂ ਜੀ ਦਾ ਕਦੇ ਯਾਰੋ ਮੇਲੇ ਨਾ ਗਿਆਨ। ਤੇ ਖਾਣਾ ਦੇਸੀ ਛੱਡੇ, ਖਾਇਓ ਨਾ ਕੁਝ ਹੋਰ ਮਿੱਤਰੋ, ਇੱਕ ਸਭ ਤੋਂ ਜ਼ਰੂਰੀ ਹੁੰਦੇ ਜੋਰ ਮਿੱਤਰੋ, ਕਹੇ ਅਮਨ ਦਿਓਲ ਮੱਲੀ ਕੰਮ ਨਾ ਆਸਾਨ। ਇਹ ਪੰਜੇ ਚੀਜ਼ਾਂ ਨਾਲ ਯਾਰੋ ਬਣਦੇ ਆ ਪਹਿਲਵਾਨ। ਇੱਧਰ ਸੁਨੀਲ ਤੇ 500 ਹੋਰ ਲੱਗ ਗਿਆ, ਮਿੱਤਰ ਜੀ ਮਨੋ ਵਾਲੇ ਕਹਿੰਦੇ ਆ 500 ਮੇਰੇ ਵੱਲੋਂ ਲੱਗ ਗਿਆ ਜੇ ਸੁਨੀਲ ਜਿੱਤਦਾ ਜੀ। ਪਰ ਉੱਧਰ ਬਾਤ ਵੱਖਰੀ ਹੈ, ਆਲਮ ਆਲਮ ਡਾਂਡ ਵਿੱਚ ਉੱਪਰਲੇ ਪਾਸੇ ਹੈ, ਵਾਕਈ ਕਹਿੰਦਾ ਸੂਰਜ ਵੀ ਅੱਗ ਵਰਸਾਵੇ ਧੁੱਪਾਂ ਜੇਰ ਤੇ ਹਾਰਦੀਆਂ, ਉਹ ਤੱਕ ਵੀ ਜਿਹਨੇ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ, ਕਿ ਕੋਈ ਬਾਗ ਵਿੱਚ ਛੱਡਿਆ ਜਾ ਰਹੇ ਨਿਗਰ ਗਾਈਆਂ ਦਾ, ਸੁਖੀ ਕਕਰ ਵਾਲੇ ਵੇਖ ਲੋ ਮੁੱਲ ਮੇਰਤਾ ਲਾਈਆਂ ਦਾ। ਹੱਥ ਖੜਾ ਕਰਦੇ ਬੁੱਲਾ ਪਹਿਲਵਾਨ ਪੱਟ ਲਾਲ ਗੁੱਟ ਤੇ ਬਿੱਟੀ ਪਹਿਲਵਾਨ ਪਠਾਨਕੋਟ ਗੋਡੇ ਦੇ ਕਾਲੇ ਨੀ ਕੈਪ। ਕੁਸ਼ਤੀਆਂ ਵੱਡੀਆਂ ਵੀ ਹਾਲੇ ਬਾਕੀ ਨੇ, ਯੁੱਧਵੀਰ ਤੇ ਵਿਕਾਸ ਜੋ ਰਾਜ ਤੇ ਅਜੇ ਇਹ ਵੀ ਨਾਲ ਤਿਆਰੀ ਕਰਕੇ ਆਇਓ, ਕੁਲਵੀਰ ਤੇ ਸੁਰੇਸ਼, ਅਮਿਤ ਤੇ ਸੋਨੂ, ਚਾਰ ਗੋਸ਼ਤੀਆਂ ਨੇ ਉਹ ਪਹਿਲਵਾਨ ਜਲਦੀ ਪਹੁੰਚੋ, ਅਮਿਤ ਤੇ ਸੋਨੂ, ਕੁਲਵੀਰ ਤੇ ਸੁਰੇਸ਼, ਅਜੇ ਤੇ ਜੁਗਰਾਜ। ਭਾਈ ਮੱਲਾਂ ਨੂੰ ਬੇਨਤੀ ਹੈ ਜਲਦੀ ਨਾਲ ਖਾੜੇ ਵਿੱਚ ਪਹੁੰਚੋ, ਕਿਉਂਕਿ ਸਮਾਂ ਬਹੁਤ ਹੋ ਗਿਆ, ਪਹਿਲਵਾਨਾਂ ਨੂੰ ਬੇਨਤੀ ਹੈ ਜੀ ਜਲਦੀ ਤੋਂ ਜਲਦੀ ਖਾੜੇ ਲਾਗੇ ਆ ਜਾਓ। ਕਹਿੰਦਾ ਜਿਸ ਗੱਬਰ ਪੀੜੀਆਂ ਸਿਗਟਾਂ ਨਿੱਤ ਤਮਾਕੂ ਖਾਣਾ, ਉਹ ਖੇਤ ਵਾਲਾ ਪੂਰੇ ਦਿਨ ਵਿੱਚ ਸ਼ਾਮ ਨੂੰ ਠੇਕੇ ਜਾਣਾ, ਕਹਿੰਦਾ ਬੱਕਰੀਆਂ ਦਾ ਪੀਣਾ ਦੁੱਧ ਕੀ ਕਿਸੇ ਨੂੰ ਜੱਫਾ ਲਾਉਣਾ, ਉਹਨੇ ਕੀ ਭਰਵਾਨੀ ਕਰਨੀ ਕੀ ਕਿਸੇ ਨੂੰ ਪਾਉਣਾ। ਕਹਿੰਦਾ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ, ਉਹ ਜਿਵੇਂ ਪਾਸੇ ਲੰਗਰ ਚਰਚੇ ਹੋਰ ਤੂਫਾਨਾਂ ਦੇ, ਕਹਿੰਦਾ ਬੋਤੇ ਬੰਗੂ ਬੁੱਲ ਲਮਕਦੇ ਜਰਦੇ ਖਾ ਖਾ ਕੇ, ਉਹ ਚਿਲਮਾ ਵਰਗੀ ਕਰ ਲਈ ਬੂਥੀ ਸੂਟੇ ਲਾ ਲਾ ਕੇ, ਤੇ ਆਖਰ ਨੂੰ ਕਮੀ ਆਉਣੀ ਜਿਹੜੀ ਖਾਧੀ ਚੋਰੀ ਹੈ, ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ, ਕਿ ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ। ਉਹ ਬੱਲੇ 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 ਬਾਈ ਤਾੜੀ ਲਾ ਦੇ, ਕਹਿੰਦਾ ਡੰਡ ਬੈਠ ਕੇ ਲੱਤ
ਲੰਬੀਆਂ ਹੋਈਆਂ ਜਵਾਨੀਆਂ ਤੇ ਕੀਤੀਆਂ ਮਿਹਨਤਾਂ ਖਾਧੀਆਂ ਖੁਰਾਕਾਂ ਦੇ ਮੁੱਲ ਅੱਜ ਵੱਡੇ ਗਰਾਂ ਦੀ ਧਰਤੀ ਤੇ ਮੋੜੇ ਜਾ ਰਹੇ ਹੈ। ਭਾਈ ਸੋਨੂ ਦੇ ਮਿੱਤਰ ਚਲੋ ਕਲਵੀਰ ਤੋਂ ਸੁਰੇਸ਼ ਬਾਲ ਪਠਾਨਕੋਟ ਵਿਕਾਸ ਤੇ ਯੁੱਧਵੀਰ ਇਹ ਅੱਠ ਦੇ ਅੱਠ ਪਹਿਲਵਾਨ ਅਖਾੜੇ ਦੇ ਲਾਗੇ ਪੁੱਜਣ ਲੋਕਾਂ ਨੇ ਦੂਰ ਦੂਰ ਜਾਣਾ। ਭਾਈ ਫਿਰ ਬੜਾ ਵਧੀਆ ਮੁਕਾਬਲਾ ਕਾਸ਼ੀ ਦੇ ਮਹਾਰਾਜ ਲਈ ਕੁਸ਼ਤੀ ਵਿੱਕੀ ਨੇ ਜਿੱਤੀ ਹੈ ਵਿੱਕੀ ਪਠਾਨਕੋਟ। ਭਾਈ ਆਪਣੇ ਪਾਸੇ ਲੈ ਲਓ ਕਮੇਟੀ ਕੋਲ ਨਹੀਂ ਆਉਣਾ। ਭਾਈ ਸੋਨੂੰ ਜੋਰਦਾਰ ਸਾਹਮਣੇ ਕੁਸ਼ਤੀ ਮੈਦਾਨ ਦੇ ਵਿੱਚ ਸੋਨੂ ਜਿੱਤੇ ਵੀ ਮੇਰੇ ਵਾਸ ਹੋਗਾ ਜਲਦੀ ਸਾਰੇ ਇੱਕ ਬੱਗੇ ਸੋਨੂ ਪਹਿਲਵਾਨ ਜਲੰਧਰ ਕਾਸ਼ੀ ਬੈਠੋ ਗੋ ਕਾਸ਼ੀ ਬੈਠੋ ਗੋ ਕਹਿੰਦੇ ਲੱਗੀ ਬੁਰੀ ਹੈ ਨਜ਼ਰ ਕਿ ਕੋਈ ਸਿਆਣਿਆਂ ਦੀ ਇੱਥੇ ਕਾਰ ਦਾ ਕਦਰ
ਕਿ ਬੇੜਾ ਜਵਾਨੀ ਦਾ ਬਿਠਾਤਾ ਚਿੱਟੇ ਨੇ, ਉਹ ਖੋਖਲਾ ਜਵਾਨੀ ਨੂੰ ਬਣਾਤਾ ਚਿੱਟੇ ਨੇ, ਮੁੰਡਿਆਂ ਦੇ ਚਿਹਰਿਆਂ ਤੋਂ ਬੁੱਢੇ ਰੰਗ ਨੇ, ਉਹ ਸੜਕਾਂ ਤੇ ਦੇਖੋ ਭਲੀ ਜਾਂਦੇ ਭੰਗ ਨੇ। ਕਹਿੰਦਾ ਕਰ ਕਰ ਨਸ਼ੇ ਨੇ ਤਬਾਹ ਹੋ ਗਏ, ਚੜ੍ਹਦੀ ਜਵਾਨੀ ਤੇ ਸਵਾ ਹੋ ਗਏ, ਸ਼ੇਰੇ ਗਨ ਵਜਾਰੀ ਬਣੇ ਵਾਂਗ ਬੁੱਤਾਂ ਨੇ, ਮਾਪਿਆਂ ਨੂੰ ਰੋਕਦਾ ਅੱਜ ਦੇ ਨਸ਼ੇੜੀ ਪੁੱਤਾਂ ਨੇ। ਬਾਈ ਸੋਨੂੰ, ਬਾਈ ਸੋਨੂੰ ਪਹਿਲਵਾਨ ਜਲੰਧਰ, ਬਾਈ ਸੋਨੂੰ ਲੜਨਾ ਜਾਂ ਨਹੀਂ? ਚਲੋ ਵੀ ਦੇਖੋ ਕਿ ਨਹੀਂ ਲੜਦਾ। ਪਹਿਲਵਾਨ ਜੀ ਬਹੁਤ ਵਾਜਾਂ ਮਾਰਨੀਆਂ ਸੋਨੂੰ ਪਹਿਲਵਾਨ। ਬਾਈ ਸੋਨੂੰ ਭਗਵਾਨ ਜੀ ਆ ਜਾਓ ਯਾਰ, ਦੇਖੋ ਵੀ ਸਮੇਂ ਦਾ ਵੀ ਜ਼ਰੂਰਤ ਆਉਂਦੀਆਂ ਨੇ। ਚਾਰ ਵੱਡੀਆਂ ਕੁਰਸੀਆਂ ਬਾਕੀ ਨੇ ਮਿੱਤਰ। ਭਾਈ ਕੁਲਵੀਰ ਦੇ ਸ੍ਰੇਸ਼ ਗਵਰਨਰ ਸਿੰਘ ਖੜੇ ਪੁੱਛਣ, ਭਾਈ ਮਨੋਹਰ ਸਿੰਘ ਟੋਲੀ ਟੋਲੀ, ਮਨੋਹਰ ਸਿੰਘ ਕੁਲਵੀਰ ਪਹਿਲਵਾਨੀ ਇੱਕ ਰਾਜਵਾਰੀ ਜਵਾਨ ਪਜਾਮਾ ਖੋਲ ਗਿਆ, ਇਹ ਖਾਨਦਾਨੀ ਪਹਿਲਵਾਨ। ਸੋਨੂੰ 30 ਸਕਿੰਟ ਬਚਣ, 30 ਸਕਿੰਟ। ਭਾਈ ਸ੍ਰੇਸ਼ ਮਮਾਰ ਕੇ ਤੋਂ ਵੀ ਕੱਪੜੇ ਅੰਦਰ ਖੋਲੇ ਨੇ। ਭਾਈ ਜਬਰਾਜ ਦੇ ਅਜੇ ਸ਼ਰਮਾ, ਭਾਈ ਜਬਰਾਜ ਦੇ ਅਜੇ ਸ਼ਰਮਾ, ਸੋਨੂੰ ਦੇ ਨਾਲ।
ਭਾਈ ਆ ਸੇਜ ਪੁੱਜੋ ਵਿੱਚ ਸਪੈਸ਼ਲ ਕੁਸ਼ਤੀ ਹੋ ਰਹੀ ਹੈ 7000 ਰੁਪਏ ਦੀ। ਹਾਂ ਸ਼ੁਰੂ ਕਰੋ, ਸਾਨੂੰ ਗੱਲ ਮੰਨਿਆ ਕਰੋ, ਕੋਈ ਬੰਦਾ ਕਰਾ ਰਿਹਾ ਸਪੈਸ਼ਲ। ਤੋਲਣ ਵਾਲੀ ਹੈ 11000 ਦੀ, ਇਹ ਮਿੰਨੀ ਵਾਲੇ ਕਰਾ ਰਹੇ ਨੇ ਉਹਨਾਂ ਦੇ ਨਾਲ ਜ਼ੋਰਦਾਰ।
ਜ਼ੋਰਦਾਰ ਤਾੜੀਆਂ ਮਾਰ ਦਿਓ। ਭਾਈ ਅਜੇ ਭਾਈ ਅਜੇ ਸੋਨਾ ਭਾਈ ਅਜੇ ਸੋਨਾ ਭਾਈ ਚੋਪੜਾ ਦੇ ਜੁਗਲੀ ਅਖਾੜਾ ਸਮੀਏ ਆਪਣੇ ਬੱਲੇ 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 ਅੱਜ ਬਾਕਿਆ ਪੰਜ ਗਰਾਂ ਦੇ ਵੱਡੇ ਗਰਾਂ ਦੀ ਧਰਤੀ ਪਟਾਕੇ ਦੇ ਗਏ ਨੇ ਉੱਧਰ ਸੋਨੇ ਨੇ ਵੀ ਮਾਰਿਆ ਕਰਾਸ ਭਾਈ ਸੁਨੀਲ ਨੇ ਵੀ ਬਾਕਿਆ ਅੱਜ ਤੰਨ ਤੰਨ ਕਰਾ ਦਿੱਤੀ ਹੈ ਬਾਕਿਆ ਤੰਨ ਤੰਨ ਕਰਾ ਦਿੱਤੀ ਹੈ ਰਾਬੜੀ ਜਾਓ ਕੋਈ ਗੱਲ ਨੀ ਕੁਛ ਕਿੰਨਾ ਟਾਈਮ ਹੋਗਾ ਹਾਂ ਤਿੰਨ ਮਿੰਟ ਹੋ ਗਏ ਹਾਂ ਕਿਉਂਕਿ ਬਹੁਤ ਗੁੱਸਾ ਹੋ ਗਈ ਹੈ ਵੱਡੀਆਂ ਗੁੱਸੀਆਂ ਚਲੋ ਚਲੋ ਮੰਨੋ ਮਾਰੋ ਕਰੋ ਫੈਸਲੋ